ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪੁੱਤਰ ਧੀਆਂ ਕਹਾਉਣ ਵਾਲੇ, ਮਾਤਾ ਸਾਹਿਬ ਕੌਰ ਜੀ ਦੇ ਪੁੱਤਰ ਧੀਆਂ ਕਹਾਉਣ ਵਾਲੇ ਆਪਣੀ ਵਿਰਾਸਤ ਦੇ ਸਹੀ ਅਰਥਾਂ ਵਿੱਚ ਵਾਰਸ ਬਣਨ ਲਈ ਇਹ ਮਾਣ ਮੱਤਾ ਇਤਿਹਾਸ, ਇਹ ਪਿਓ ਦਾਦੇ ਦਾ ਖਜ਼ਾਨਾ, ਇਸ ਨੂੰ ਜਾਣ ਕੇ ਇਹਦੇ ਨਾਲ ਇੱਕ ਰੂਹਾਨੀ ਸਾਂਝ ਬਣਾਉਣ ਦੇ ਸਮਰੱਥ ਹੋ ਸਕੀਏ। ਅਸੀਂ ਜਿਸ ਧਰਤੀ 'ਤੇ ਜੰਮੇ ਪਲੇ ਹਾਂ, ਪੰਜਾਬੀ ਕਹਾਉਂਦੇ ਆਪਣੇ ਆਪ ਨੂੰ, ਇਹ ਪੰਜ ਦਰਿਆਵਾਂ ਦੀ ਧਰਤੀ ਕਹੀ ਜਾਂਦੀ ਹੈ। ਇਹਨਾਂ ਪੰਜਾਂ ਦਰਿਆਵਾਂ ਦੇ ਵਿੱਚੋਂ ਦੋ ਦਰਿਆ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇਤਿਹਾਸਿਕ ਮਹੱਤਤਾ ਰੱਖਦੇ ਨੇ। ਭਾਵੇਂ ਚਨਾ ਵੀ ਪਿਆਰ ਕਰਨ ਵਾਲੀਆਂ ਰੂਹਾਂ ਦੇ ਇਤਿਹਾਸ ਨੂੰ ਸਮੋਈ ਬੈਠਾ, ਪਰ ਰਾਵੀ ਅਤੇ ਸਤਲੁਜ ਉਹ ਦਰਿਆ ਨੇ ਜਿਨ੍ਹਾਂ ਨੇ ਇਸ ਧਰਤੀ 'ਤੇ ਸਾਰੀ ਮਨੁੱਖਤਾ ਦੇ ਭਲੇ ਵਾਸਤੇ ਭਜਨ ਬੰਦਗੀ ਦਾ, ਸਰਬੱਤ ਦੇ ਭਲੇ ਦਾ, ਕਿਰਤ ਕਰਨ ਦਾ, ਨਾਮ ਜਪਣ ਦਾ, ਵੰਡ ਛਕਣ ਦਾ ਸੰਦੇਸ਼ ਦਿੱਤਾ ਅਤੇ ਨਾਲ ਦੀ ਨਾਲ ਮਾਨਵਤਾ ਦੇ ਵਿੱਚ ਇਹ ਵੀ ਸੰਦੇਸ਼ ਦਿੱਤਾ ਕਿ ਜਦੋਂ ਤੁਸੀਂ ਰੱਬੀ ਮਾਰਗ 'ਤੇ ਚੱਲਦੇ ਹੋ, ਜਦੋਂ ਤੁਸੀਂ ਜ਼ਿੰਦਗੀ ਨੂੰ ਰੂਹਾਨੀ ਗੁਣਾਂ ਦਾ ਘਰ ਨਹੀਂ ਬਣਾਉਣ ਦੇ ਲਈ ਪ੍ਰਭੂ ਦੇ ਨਾਲ ਜੁੜਦੇ ਹੋ, ਤਾਂ ਇਹ ਅਗਿਆਨੀਆਂ ਦਾ ਸੰਸਾਰ ਤੁਹਾਡੇ ਕੋਲੋਂ ਆਪਣੀ ਅਧਿਆਤਮਿਕਤਾ ਦੀ, ਦੈਵੀ ਗੁਣਾਂ ਦੀ ਜ਼ਿੰਦਗੀ ਦੀ ਕੀਮਤ ਵੀ ਮੰਗਦਾ। ਅਤੇ ਰਾਵੀ ਉਹ ਹੈ ਜਿੱਥੇ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਨਾਨਕ ਨਿਰਮਲ ਪੰਥ ਚਲਾਉਣ ਵਾਸਤੇ ਜ਼ਿੰਦਗੀ ਦੇ ਆਖਰੀ ਸਾਲਾਂ ਦੇ ਵਿੱਚ ਕਰਤਾਰਪੁਰ ਸਾਹਿਬ ਵਸਾਇਆ, ਜਿੱਥੇ ਜ਼ਿੰਦਗੀ ਦੇ 18 ਸਾਲ ਸੱਚੇ ਪਾਤਸ਼ਾਹ ਹਜ਼ੂਰ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਬਜ਼ੁਰਗੀ, ਜਿਹੜੀ ਸਰੀਰ ਦੇ ਪੱਖੋਂ ਬਜ਼ੁਰਗੀ ਹੁੰਦੀ ਹੈ, ਅਧਿਆਤਮਿਕ ਬਜ਼ੁਰਗੀ ਤਾਂ ਉਹਨਾਂ ਕੋਲ ਪਹਿਲਾਂ ਹੀ ਸੀ, ਪਰ ਸਰੀਰਕ ਬਜ਼ੁਰਗੀ ਜਿਹੜੀ ਗੁਰੂ ਦੇਵ ਨੇ ਸਾਰੀਆਂ ਉਦਾਸੀਆਂ ਤੋਂ ਬਾਅਦ, ਸੰਸਾਰ ਦੀ ਸਤਨਾਮ ਦਾ ਉਪਦੇਸ਼ ਦੇਣ ਤੋਂ ਬਾਅਦ ਗੁਜ਼ਾਰੀ, ਉਹ ਰਾਵੀ ਦੇ ਕੰਢੇ 'ਤੇ ਜਦੋਂ ਆਪ ਕਰਤਾਰਪੁਰ ਵਸਾਇਆ। ਇਹੀ ਉਹ ਧਰਤੀ ਹੈ ਜਿੱਥੇ ਗੁਰੂ ਦੇਵ ਨੇ ਆਪ ਆਪਣੇ ਹੱਥੀਂ ਖੇਤੀ ਕੀਤੀ, ਲੰਗਰ ਚਲਾਏ ਅਤੇ ਵੰਡ ਛਕਣ ਦਾ ਨਾਮ ਵੀ ਅਤੇ ਕਿਰਤ ਵੀ, ਕਮਾਈ ਵੀ ਉਹ ਲੋੜਵੰਦਾਂ ਨਾਲ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਇਹੀ ਉਹ ਰਾਵੀ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤ ਨਾਲ ਪ੍ਰਕਾਸ਼ੇ ਗਏ ਭਾਈ ਸਾਹਿਬ ਭਾਈ ਲਹਿਣਾ ਜੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਦੇ ਇਸ ਨਿਰਮਲ ਪੰਥ ਨੂੰ ਅੱਗੇ ਚਲਾਉਣ ਵਾਸਤੇ ਗੁਰਤਗੱਦੀ 'ਤੇ ਬਿਰਾਜਮਾਨ ਹੋਏ। ਇਹੀ ਉਹ ਰਾਵੀ ਹੈ ਜਿਸ ਦੇ ਕੰਢੇ 'ਤੇ ਪੰਜਵੀਂ ਜੋਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਹਜ਼ੂਰ ਨੂੰ ਸਿਰਫ ਇਸ ਕਰਕੇ ਸ਼ਹੀਦ ਕਰ ਦਿੱਤਾ ਗਿਆ, ਸਮੇਂ ਦੇ ਹਾਕਮਾਂ ਵੱਲੋਂ, ਜਹਾਂਗੀਰ ਵੱਲੋਂ ਹੁਕਮ ਦੇ ਕੇ ਕਿ ਇਹ ਜਿਹੜਾ ਤੁਸੀਂ ਧਰਮ ਦਾ ਪ੍ਰਚਾਰ ਕਰਦੇ ਹੋ ਇਹ ਸਾਨੂੰ ਨਹੀਂ ਪਾਉਂਦਾ, ਇਹਦੇ ਲਈ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰੋ, ਨਹੀਂ ਤਾਂ ਤੁਹਾਡਾ ਘਰ ਘਾਟ ਸਬਤ ਕਰਕੇ ਤੁਹਾਨੂੰ ਤਸੀਹ ਦੇ ਕੇ ਯਾਸਾ ਦੇ ਕਾਨੂੰਨ ਅਧੀਨ ਖਤਮ ਕਰ ਦਿੱਤਾ ਜਾਵੇਗਾ। ਗੁਰੂ ਦੇਵ ਨੇ ਹੰਕਾਰ ਅੱਗੇ, ਮੁਤਸਬ ਅੱਗੇ, ਤੰਗ ਸੋਚਣੀ ਅੱਗੇ ਝੁਕਣਾ ਪ੍ਰਵਾਨ ਨਹੀਂ ਕੀਤਾ। ਗੁਰੂ ਨਾਨਕ ਪਾਤਸ਼ਾਹ ਦੀ ਜੋਤ ਨਾਲ ਪ੍ਰਕਾਸ਼ਮਾਨ ਹੋਏ ਹੋਏ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਜੋਤ ਨੂੰ ਪ੍ਰਕਾਸ਼ਨ ਵਾਸਤੇ ਜੋ ਕੀਮਤ ਦੇਣੀ ਪਈ ਆਪਣੀ ਸ਼ਹਾਦਤ ਦੀ, ਉਹ ਕੀਮਤ ਦਿੱਤੀ। ਰਾਵੀ ਉਸ ਸ਼ਹਾਦਤ ਦਾ ਵੀ ਗਵਾਹ ਹੈ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਦਾ ਵਸਾਇਆ ਹੋਇਆ ਨਗਰ ਕਰਤਾਰਪੁਰ, ਉਸ ਦੇ ਵਿੱਚ ਚੱਲੀਆਂ ਦੈਵੀ ਸਰਗਰਮੀਆਂ, ਜੋਤ ਕਿਵੇਂ ਅੱਗੋਂ ਪ੍ਰਕਾਸ਼ਮਾਨ ਹੁੰਦੀ ਹੈ, ਇਸ ਦੀ ਵੀ
ਉਹ ਗਵਾਹ ਹੈ। ਸੋ ਰਾਵੀ ਇੱਕ ਉਹ ਐਸਾ ਇਤਿਹਾਸਕ ਦਰਿਆ ਹੈ ਜਿਸ ਨੇ ਸਾਡਾ ਸਿੱਖੀ ਦਾ ਇਤਿਹਾਸ ਸੰਭਾਲ ਕੇ ਰੱਖਿਆ। ਦੂਸਰਾ ਆ ਸਤਲੁਜ ਦਰਿਆ ਹੈ ਜਿਹੜਾ ਗਵਾਹ ਹੈ ਉਸ ਵੀਰ ਰਸੀ ਜੋਸ਼ ਭਰੇ ਉਤਸ਼ਾਹ ਦੇ ਇਤਿਹਾਸ ਦਾ। ਇੱਥੋਂ ਜਲ ਲੈ ਕੇ ਇਸੇ ਵਿੱਚੋਂ ਹੀ ਜਲ ਲੈ ਕੇ ਸਤਲੁਜ ਵਿੱਚੋਂ ਖੰਡਾ ਬਾਟਾ ਲੈ ਕੇ ਉਸ ਬਾਟੇ ਵਿੱਚ ਇਹ ਸਤਲੁਜ ਦਰਿਆ ਦਾ ਪਾਣੀ ਪਾ ਕੇ ਅਤੇ ਪੰਜਾਂ ਬਾਣੀਆਂ ਦਾ ਪਾਠ ਜੋ ਇਤਿਹਾਸ ਕਰ ਉਹ ਅੰਮ੍ਰਿਤ ਤਿਆਰ ਕੀਤਾ ਗਿਆ ਜਿਸ ਦੇ ਰਾਹੀਂ ਪੰਜ ਪਿਆਰਿਆਂ ਦੀ ਪ੍ਰੀਖਿਆ ਤੋਂ ਬਾਅਦ ਉਹਨਾਂ ਨੂੰ ਉਹ ਅੰਮ੍ਰਿਤ ਛਕਾ ਕੇ ਫਿਰ ਕਲਗੀਧਰ ਪਾਤਸ਼ਾਹ ਹਜ਼ੂਰ ਨੇ ਬੇਨਤੀ ਕੀਤੀ ਕਿ ਹੁਣ ਇਹ ਜਿਹੜੀ ਦਾਤ ਖੰਡੇ ਬਾਟੇ ਦੇ ਅੰਮ੍ਰਿਤ ਦੀ ਇਹ ਪੰਜ ਪਿਆਰੇ ਸਾਹਿਬਾਨ ਤੁਹਾਨੂੰ ਮਿਲੀ ਹੈ, ਹੁਣ ਇਹ ਦਾਤ ਮੈਨੂੰ ਵੀ ਦਿਓ, ਤੁਸੀਂ ਮੇਰੇ ਗੁਰੂ ਅਤੇ ਮੈਂ ਤੁਹਾਡੇ ਸਾਹਮਣੇ ਸਿਰ ਝੁਕਾ ਕੇ ਤੁਹਾਡੇ ਕੋਲੋਂ ਇਹ ਦਾਤ ਮੰਗਦਾ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰਚੇਲਾ ਦਾ ਕੌਤਕ ਜਿਹੜਾ ਹੋਇਆ ਖਾਲਸਾ ਸਾਜਨਾ ਦਾ, ਅਤੇ ਕਲਗੀਧਰ ਪਾਤਸ਼ਾਹ ਨੇ ਪੰਜ ਪਿਆਰੇ ਸਾਹਿਬਾਨ ਕੋਲੋਂ ਜਿਹੜਾ ਅੰਮ੍ਰਿਤ ਪਾਨ ਕੀਤਾ ਔਰ ਉਸ ਤੋਂ ਬਾਅਦ ਬਾਣੀ ਅਤੇ ਬਾਣੀ ਦੇ ਰਾਹੀਂ ਜਿਹੜੀ ਇੱਕ ਖਾਲਸਾ ਕੌਮ ਸਿਰਜੀ ਗਈ ਜਿਸ ਨੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਭਜਨ ਬੰਦਗੀ ਦਾ, ਸਰਬੱਤ ਦੇ ਭਲੇ ਲਈ, ਦੂਜਿਆਂ ਦੇ ਧਾਰਮਿਕ ਵਿਸ਼ਵਾਸ ਨੂੰ ਜਿਉਂਦਾ ਰੱਖਣ ਲਈ, ਜਿਹੜੀਆਂ ਇੱਥੇ ਹੰਕਾਰ ਅਤੇ ਕ੍ਰੋਧ ਦੀਆਂ ਜ਼ੰਜੀਰਾਂ, ਵਹਿਮਾਂ ਭਰਮਾਂ ਦੀਆਂ, ਗੁਲਾਮੀ ਦੀਆਂ ਜ਼ੰਜੀਰਾਂ ਸਦੀਆਂ ਤੋਂ ਇਸ ਧਰਤੀ ਦੇ ਬਛਿੰਦਿਆਂ ਦੇ ਗਲ ਪਈਆਂ ਹੋਈਆਂ ਸੀ, ਭਾਵੇਂ ਉਹ ਬਾਹਮਣਵਾਦ ਦੇ ਰੂਪ ਵਿੱਚ ਸੀ, ਜਾਤਵਾਦ ਦੇ ਰੂਪ ਵਿੱਚ ਸੀ, ਭਾਵੇਂ ਉਹ ਸਮੇਂ ਦੇ ਹਾਕਮਾਂ ਦੇ ਮੁਤਸਬ ਦੇ ਕਰਕੇ ਸੀ, ਗੁਰੂ ਸਾਹਿਬ ਨੇ ਉਹਨਾਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਵਾਸਤੇ ਖਾਲਸੇ ਦੀ ਸਾਜਨਾ ਕਰਕੇ ਕੁਰਬਾਨੀਆਂ ਦਾ ਇੱਕ ਇਤਿਹਾਸ ਸਿਰਜਿਆ। ਸਤਲੁਜ ਦਰਿਆ ਇੱਥੋਂ ਅਸੀਂ ਸ਼ੁਰੂ ਕਰਦੇ ਹਾਂ, ਇਸ ਪਾਵਨ ਨਿਵਾਜੀ ਹੋਈ ਧਰਤੀ ਦਾ ਇਤਿਹਾਸ। ਇਹ ਸਤਲੁਜ ਹੈ ਜਿਹੜਾ ਮਾਨਸਰੋਵਰ ਝੀਲ ਤੋਂ ਚੱਲਦਾ ਆਇਆ। ਪੁਰਾਤਨ ਗ੍ਰੰਥਾਂ ਵਿੱਚ ਇਹਦਾ ਨਾਮ ਸਤਦਰਵ ਹੈ। ਗੁਰੂ ਸਾਹਿਬਾਨ ਦੀ ਦਸਮ ਗ੍ਰੰਥ ਦੀ ਬਾਣੀ ਵਿੱਚ ਵੀ ਇਸ ਨੂੰ ਸਤਦਰਵ ਕਰਕੇ ਹੀ ਬਿਆਨ ਕੀਤਾ ਗਿਆ। ਇਹ ਸਤਲੁਜ ਦੇ ਵਿੱਚ ਅੱਜ ਅਸੀਂ ਇਸ ਕਰਕੇ ਖੜ੍ਹੇ ਹਾਂ ਕਿਉਂਕਿ ਇਹ ਸਾਕਸ਼ੀ ਹੈ, ਇਹ ਗਵਾਹ ਹੈ ਇਸ ਪਾਵਨ ਧਰਤੀ ਦੇ ਗੁਰੂ ਪਾਤਸ਼ਾਹਾਂ ਦੀ ਬਖਸ਼ਿਸ਼ ਨਾਲ ਹੋਂਦ ਵਿੱਚ ਆਉਣ। ਇਹ ਸਤਲੁਜ ਦਰਿਆ ਜਦੋਂ ਮਾਨਸਰੋਵਰ ਤੋਂ ਚੱਲਦਾ ਚੱਲਦਾ ਬਿਲਾਸਪੁਰ ਦੀ ਰਿਆਸਤ ਵਿੱਚੋਂ ਲੰਘਦਾ ਤਾਂ ਇਹ ਬਿਲਾਸਪੁਰ ਉਹ ਰਿਆਸਤ ਹੈ ਜਿੱਥੇ ਦਾ ਰਾਜਾ ਭੀਮ ਚੰਦ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਜਿਹੜੇ 52 ਰਾਜੇ ਆਜ਼ਾਦ ਕਰਵਾਏ ਸੀ ਉਹਨਾਂ ਵਿੱਚੋਂ ਇੱਕ ਸੀ। ਇਸੇ ਕਰਕੇ ਗੁਰੂ ਘਰ ਦੇ ਪ੍ਰਤੀ ਉਹਦੀ ਸ਼ਰਧਾ ਬਹੁਤ ਜ਼ਿਆਦਾ ਸੀ। ਉਹਦੀ ਰਾਣੀ ਚੰਪਾ ਉਹ ਵੀ ਇਸੇ ਕਰਕੇ ਗੁਰੂ ਘਰ ਦੀ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਦੇਣ ਦਾ ਸਮਝਦੀ ਸੀ ਕਿਉਂਕਿ ਉਹਨਾਂ ਦੇ ਕਰਕੇ ਉਹਨਾਂ ਦਾ ਰਾਜ ਪਾਕ, ਉਹਨਾਂ ਦਾ ਪਤੀ, ਉਹਨੂੰ ਜ਼ਿੰਦਗੀ ਮਿਲੀ। ਜਦੋਂ ਰਾਜਾ ਦੀਪ ਚੰਦ ਦੀ ਸੱਦਾ ਆ ਗਿਆ, ਚਲਾਉਣਾ ਹੋਇਆ ਤਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਤਾਂ ਚੜ੍ਹਾਈ ਕਰ ਚੁੱਕੇ ਸੀ, ਜੋਤੀ ਜੋਤ ਸਮਾ ਚੁੱਕੇ ਸੀਗੇ। ਉਹਨਾਂ ਦੇ ਪੂਜ ਮਹਿਲ ਮਾਤਾ ਨਾਨਕੀ ਜੀ, ਜਿਨ੍ਹਾਂ ਦੇ ਸਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ, ਅੰਤਿਮ ਰਸਮਾਂ ਵੇਲੇ ਰਾਣੀ ਚੰਪਾ ਨੇ ਮਾਤਾ ਨਾਨਕੀ ਜੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ ਸੰਦੇਸ਼ ਭੇਜਿਆ ਕਿ
आप इत्थे रियासत विच आओ। तां उस वेले ही ए रस्मां दी अदायगी तों बाद राणी ने अपने मन की इच्छा प्रगट की कि मैनू अपने पति दे जान तों बाद इस तरह लगता कि हुण बाकी सवास जिहड़े ने ओ तुहाडे प्यार विच तुहाडी संगत विच तुहाडे वचन बलास सुणदिआं तुहाडे दर्शन करदिआं मेरे बतीत होण सफला हो जाए मेरा जीवन। कि तुसीं इत्थे ही पक्का कोई स्थान टिकाणा अपना निवास स्थान बना सकदे बेनती की। तो उस वेले पूज माता माता नानकी जी ने गुरु तेग बहादुर साहब नूं जदों इस बेनती नूं पूरियां करन वास्ते आग्या की, गुरु तेग बहादुर साहब अंतर ध्यान हो के सोचते हैं कि किस तरीके नाल टिकाणा बनाया जा सके। भावें कीरतपुर साहब स्थान गुरु हरगोबिंद साहब ने बनाता सी, पर गुरु तेग बहादुर साहब किसी होर आने वाले समय के कौतकों के प्रति मन के विच ख्याल करते। आप नहीं दस सकते कि सच्चे पातशाह हजूर दे अंदर की चल रहा सी। दुनिया का कोई भी वड्डे तो वड्डा विद्वान विचारवान गुरु दे अंदर दियाँ वो कौतकी बिरतियां नहीं दस सकता हुंदा। ते गुरु तेग बहादुर साहब ने आख्या कि ठीक है असी इत्थे टिकाणा बनावांगे, पर असी धरती एवें ही नहीं लैनी, असी इस नूं मुल खरीदांगे। तो तीन पिंड इसे सतलुज के किनारे ते जेड़े वसे हुए सी वह गुरु साहब ने मुल खरीदे। अज भी सरकारी कागजां दे विच इस गल दी जानकारी है कि 500 मोहरां गुरु साहब ने बिलासपुर की राणी नूं दे के तीन पिंड खरीदे, पिंड मटौर, पिंड सहोता ते पिंड मीहापुर। ये तीन पिंड खरीद के ते पिंड सहोटा दे विच गुरुदेव जी ने नगर दी नींह रखी ते नाम रखिया चक माता नानकी, अपने पूज माता नानकी जी दे नाम ते। सो ये सतलुज उस तों बाद गवाह बनिया इस नगरी दे वसण तों लै के जो कुछ कौतक हुंदे आए धन गुरु गोबिंद सिंह साहिब पातशाह जी दे आनंदपुरी नूं त्यागण तक जो कुछ इत्थे कौतक होए उन्हां दा ये गवाह है। भावें उह खालसे दी साजना सी, भावें उस तों पहलां धन गुरु तेग बहादुर साहिब कोल कश्मीरी पंडित जदों चल के आए कि साडा धर्म जिहड़ा है उह इस वेले खत्म करन वास्ते समय का हाकम औरंगजेब जिहड़ा है वो जुल्म कर रहा, साडा जनेऊ साडा तिलक साडी पूजा साडे पूजा अस्थान ये सारे मलिया मेट करन वाले पासे तुरिया होया, सानू होर कोई नज़र नहीं आउंदा जिहड़ा साडी बौड़ी करे साडी बांह फड़े साडे धार्मिक विश्वास नूं साडे सरूप नूं बचा सके। तां गुरु तेग बहादुर साहब नूं उन्हां दे ही सपुत्र गोबिंद राय जी ने आनंदपुरी तों तोरिया सी दिल्ली औरंगजेब नूं झंझोड़न वास्ते कि जो कुछ तूं कर रहा ये ना तो सच्चे सुच्चे मुसलमान दा धर्म है ना इस्लाम कुरान इस गल दी आग्या दिंदा है कि तुसीं किसी दे धार्मिक विश्वास नूं ठेस लाओ। औरंगजेब समय दा हाकम जिहड़ा अपने आप नूं सच्चा सुच्चा मुसलमान कहाउंदा पर मुतसबी तंग सोचणी वाला जिहड़ा इस हिंदुस्तान दी धरती ते किसी होर धार्मिक विश्वास नूं वधदा फुलदा जां स्थापित होया नहीं सी देखना चाहुंदा। वो तो सिर्फ इको ही चाहता सी भाई किसी ना किसी तरह इस्लाम का बोलबाला होवे, इस्लाम दे ही धर्म स्थान होन, कुरान दी ही चर्चा होवे,
ਹਾਲਾਂਕਿ ਕੁਰਾਨ ਨੇ, ਇਸਲਾਮ ਨੇ, ਹਜ਼ਰਤ ਮੁਹੰਮਦ ਸਾਹਿਬ ਨੇ ਕਿਤੇ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਕਿ ਤੁਸੀਂ ਆਪਣੇ ਧਰਮ ਦੀ ਪਾਲਣਾ ਕਰਦਿਆਂ ਕਿਸੇ ਹੋਰ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਓ ਜਾਂ ਅਪਮਾਨਿਤ ਕਰੋ ਜਾਂ ਉਹਦੇ ਵਿਸ਼ਵਾਸ ਵਾਲੇ ਲੋਕਾਂ ਨੂੰ ਤੰਗ ਕਰੋ। ਪਰ ਉਹ ਇਸ ਤਰੀਕੇ ਨਾਲ ਕਰਦਾ ਸੀ, ਉਹਨੂੰ ਕਾਜ਼ੀਆਂ ਮੌਲਾਣਿਆਂ ਨੇ ਇਸ ਤਰੀਕੇ ਵਾਲੇ ਪਾਸੇ ਤੋਰਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਆਪਣੀ ਪਰਉਪਕਾਰੀ ਬਿਰਤੀ ਦੇ ਅਧੀਨ ਆਪਣੇ ਹੀ ਸਪੁੱਤਰ ਗੁਰੂ ਗੋਬਿੰਦ ਰਾਏ ਜੀ ਦੇ ਨਾਲ ਵਿਚਾਰ ਕਰਕੇ ਕਸ਼ਮੀਰੀ ਪੰਡਿਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਤਿਲਕ ਜੰਜੂ ਦੀ ਰਾਖੀ ਵਾਸਤੇ ਇੱਥੇ ਹੀ ਅਨੰਦਪੁਰ ਤੋਂ ਚਾਲੇ ਪਾਏ ਸੀ। ਉਸ ਕੌਤਕ ਦਾ ਵੀ ਇਹ ਸਤਲੁਜ ਗਵਾਹ ਹੈ। ਜਦੋਂ ਸੱਚੇ ਪਾਤਸ਼ਾਹ ਹਜ਼ੂਰ ਇੱਥੋਂ ਗਏ ਨੇ ਅਤੇ ਉੱਥੇ ਸ਼ਹਾਦਤ ਹੋ ਗਈ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਅਤੇ ਉਹਨਾਂ ਦੇ ਅਨੰਨ ਸਿੱਖ ਭਾਈ ਜੈਤਾ ਜੀ ਜਦੋਂ ਮਹਾਰਾਜ ਦਾ ਸੀਸ ਲੈ ਕੇ ਵਾਪਸ ਆਏ ਨੇ ਤਾਂ ਗੋਬਿੰਦ ਰਾਏ ਜੀ ਨੇ ਆਪ ਆਪਣੇ ਘਰ ਕਮਲਾਂ ਨਾਲ ਭਾਈ ਜੈਤਾ ਜੀ ਕੋਲੋਂ ਉਹ ਸੀਸ ਪ੍ਰਾਪਤ ਕੀਤਾ। ਪੂਜ ਮਾਂ ਮਾਤਾ ਗੁਜਰੀ ਜੀ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਹਿਲ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਪੂਜ ਮਾਂ ਉਹ ਨਾਲ ਨੇ, ਉਸ ਕੌਤਕ ਨੂੰ ਇਹ ਸਤਲੁਜ ਨੇ ਦੇਖਿਆ, ਇਹ ਉਹਦਾ ਗਵਾਹ ਹੈ। ਇਹ ਗੁਰਦੁਆਰਾ ਬਭੌਰ ਸਾਹਿਬ ਉਹ ਅਸਥਾਨ ਹੈ ਜੋ ਇਤਿਹਾਸ ਸਾਨੂੰ ਦੱਸਦਾ ਕਿ ਕਲਗੀਧਰ ਪਾਤਸ਼ਾਹ ਹਜ਼ੂਰ ਅਕਸਰ ਅਨੰਦਪੁਰ ਸਾਹਿਬ ਤੋਂ ਵਿਚਰਦਿਆਂ ਵਿਚਰਦਿਆਂ ਸਿੰਘਾਂ ਨਾਲ ਇੱਧਰ ਨੂੰ ਆ ਜਾਂਦੇ ਹੁੰਦੇ ਸੀਗੇ। ਇੱਕ ਗੁਰਦੁਆਰਾ ਘਾਟ ਸਾਹਿਬ ਹੈ ਜਿਹਦਾ ਅਸੀਂ ਬਾਅਦ 'ਚ ਦਰਸ਼ਨ ਕਰਾਂਗੇ। ਇਹ ਹੈ ਗੁਰਦੁਆਰਾ ਭਭੌਰ ਸਾਹਿਬ ਜਿੱਥੇ ਸੱਚੇ ਪਾਤਸ਼ਾਹ ਹਜ਼ੂਰ ਨੇ ਕੁਝ ਮਹੀਨੇ ਇੱਥੇ ਬਤੀਤ ਕੀਤੇ ਅਤੇ ਚੌਪਈ ਸਾਹਿਬ ਕਵਿਓ ਵਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ, ਉਸ ਚੌਪਈ ਦਾ ਉਚਾਰਨ ਇਸੇ ਅਸਥਾਨ 'ਤੇ ਹੋਇਆ। ਵਾਹਿਗੁਰੂ ਜੀ ਕੀ ਫਤਿਹ। ਕਵਿਓ ਵਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ
खालसा मेरी